ਨਾਮ ਤੇ ਡੈਗਨੇਸ਼ਨ ਦੱਸ ਕੇ ਹਾਂਜੀ ਨਾਮ ਦੱਸ ਕੇ ਡੈਗਨੇਸ਼ਨ ਭਾਈ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਮੀਟਿੰਗ ਜਿਹੜੀ ਹੋਈ ਉਹਦੇ ਬਾਰੇ ਇਹ ਹਰ ਸਾਲ ਜਦੋਂ ਸਾਲ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਆਉਂਦੀ ਆ ਨਾ ਔਰ ਉਦੋਂ ਸਾਰੇ ਮੈਂਬਰਾਂ ਦੇ ਸੁਝਾਅ ਜਿਹੜੇ ਆ ਨਾ ਉਹਨੂੰ ਸੁਣਿਆ ਜਾਂਦਾ ਅਤੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਅੱਜ ਬੜੇ ਸਬਰ ਨਾਲ ਔਰ ਬੜੇ ਹੌਸਲੇ ਨਾਲ ਬੜਾ ਲੰਮਾ ਟਾਈਮ ਕੱਢ ਕੇ 6 ਜ਼ਿਲ੍ਹਿਆਂ ਦੇ ਮੈਂਬਰਾਂ ਨਾਲ ਜਿਹੜੀ ਆ ਇਕੱਲੇ ਇਕੱਲੇ ਦਾ ਵਿਚਾਰ ਉਹਨਾਂ ਨੇ ਜਿਹੜਾ ਸੁਣਿਆ ਹੈ ਔਰ ਉਹਨਾਂ ਵਿਚਾਰਾਂ ਦਾ ਮੰਥਨ ਕਰਨਗੇ ਅਤੇ ਇੱਕ ਚੰਗੀ ਟੀਮ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਕਰਨ ਵਾਸਤੇ ਉਹਦਾ ਫੈਸਲਾ ਜਿਹੜਾ ਉਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਕਰਨਗੇ ਔਰ ਕੱਲ੍ਹ ਨੂੰ ਇੱਕ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜੀ ਆ 4 ਵਜੇ ਮੀਟਿੰਗ ਸੱਦੀ ਗਈ ਸਾਰੇ ਮੈਂਬਰਾਂ ਦੀ ਅਤੇ ਸਾਰੇ ਮੈਂਬਰਾਂ ਵੱਲੋਂ ਜਿਹੜੇ ਅਧਿਕਾਰ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਦੇਵਾਂਗੇ ਔਰ ਉਹ ਪਰਸੋਂ ਜਿਹੜੇ ਆ ਉਹ ਸਾਰੀ ਜਿਹੜੀ ਵਧੀਆ ਟੀਮ ਜਿਹੜੀ ਚੰਗਾ ਕੰਮ ਚਲਾ ਸਕਦੀ ਜਿਹੜੇ ਧਾਰਮਿਕ ਬਿਰਤੀ ਵਾਲੇ ਆ ਜਿਹੜਾ ਚੰਗਾ ਪ੍ਰਬੰਧ ਕਰ ਸਕਦੇ ਆ ਜਿਹਨਾਂ ਦਾ ਲੰਮਾ ਤਜਰਬਾ ਉਹਨਾਂ ਦੀ ਇੱਕ ਟੀਮ ਉੱਥੇ ਉਹ ਜਿਹੜੀ ਬਣਾਉਣਗੇ ਜਿਹੜਾ ਆਉਣ ਵਾਲੇ ਟਾਈਮ ਵਿੱਚ ਸੁਚਾਰੂ ਢੰਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕਾਰਜ ਹੈ ਉਹਨੂੰ ਮਤਲਬ ਸਿਰੇ ਚੜਾਉਣ।